ਸਤਿਗੁਰ ਜੀ ਸਾਰਿਆਂ ਨੂੰ ਸੋਨ ਹੈ ਉਹ ਤੁਸੀਂ ਹੀ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਆਇਆ ਕੱਚੇ ਬੰਦਿਆਂ ਨੂੰ ਲੈ ਕੇ ਸਰਕਾਰ ਨੇ ਫਿਲਹਾਲ ਅਪਡੇਟ ਨਹੀਂ ਦਿੱਤਾ ਅਤੇ ਨਾ ਹੀ ਇਟਲੀ ਦੇ ਵਿੱਚ ਓਪਨ ਹੋਈ ਇਮੀਗ੍ਰੇਸ਼ਨ ਜੋ ਜਿਸ ਦਾ ਕਲਿੱਕ 18 ਮਾਰਚ 21 ਮਾਰਚ 25 ਮਾਰਚ ਸਵੇਰੇ 9 ਵਜੇ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਉਸ ਦੀਆਂ ਫਾਈਲਾਂ ਕਦੋਂ ਤਿਆਰ ਹੋਣੀਆਂ ਨੇ ਉਹਦੇ ਬਾਰੇ ਫਿਲਹਾਲ ਕੋਈ ਅਪਡੇਟ ਸਰਕਾਰ ਨੇ ਨਹੀਂ ਦਿੱਤਾ ਸਭ ਤੋਂ ਪਹਿਲੇ ਅਪਡੇਟ ਵੱਲ ਚੱਲਦੇ ਜੀ ਇਟਲੀ ਦੇ ਵਿੱਚ ਮੌਸਮ ਵਿਭਾਗ ਨੇ ਦੇ ਦਿੱਤੀ ਹੈ ਚੇਤਾਵਨੀ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਉਣ ਵਾਲਾ ਹਫਤਾ ਬਹੁਤ ਹੀ ਜ਼ਿਆਦਾ ਮੀਂਹ ਭਰਿਆ ਹੋਵੇਗਾ ਮੀਂਹ ਦੇ ਦੀ ਤੂਫਾਨ ਆਵੇਗੀ ਇਟਲੀ ਦੇ ਨਾਰਥ ਤੋਂ ਲੈ ਕੇ ਸਾਊਥ ਇਲਾਕਿਆਂ ਤੱਕ ਜਿਹੜਾ ਮੀਂਹ ਦੇ ਤੂਫਾਨ ਦਾ ਸਾਹਮਣਾ ਕਰਨਾ ਪਊਗਾ ਮੌਸਮ ਥੋੜਾ ਜਿਆਦਾ ਠੰਡਾ ਹੋ ਜਾਣਾ ਅਗਲੇ ਅਗਲੇ ਦਿਨਾਂ ਚ ਸੋਮਵਾਰ ਤੋਂ ਜਿਹੜਾ ਮੌਸਮ ਨੌਰਦੋ ਤੋਂ ਲੈ ਕੇ ਸਾਊਥ ਤੱਕ ਨੌਰਦ ਦੇ ਵਿੱਚ ਤਸਕਾਨਾ ਤੇ ਸਾਊਥ ਦੇ ਵਿੱਚ ਸਰਦੇਨੀਆ ਉਮਬਰੀਆ ਤੇ ਲਾਤਸਿਓ ਦੇ ਵਿੱਚ ਮੀਂਹ ਦੀ ਤੂਫਾਨ ਕਾਫੀ ਦੇਖਣ ਨੂੰ ਮਿਲ ਸਕਦੇ ਤੇ ਇਹਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਅਗਲੇ ਸ਼ੁੱਕਰਵਾਰ ਤੱਕ ਇਸੇ ਤਰ੍ਹਾਂ ਮੌਸਮ ਖਰਾਬ ਰਹਿਣਾ ਗੱਲ ਕਰਦੇ ਜੀ ਆਪਣੇ ਅਗਲੇ ਅਪਡੇਟ ਦੀ ਮਲਪੈਂਸੇ ਤੇ ਚਾਈਨਾ ਤੋਂ ਇੱਕ ਫਲਾਈਟ ਆਈ ਜਿਸ ਦੇ ਵਿੱਚ ਸਵਾਰ ਕੁਝ ਯਾਤਰੀਆਂ ਨੂੰ ਹੁਣ ਜਿਹੜਾ ਜੁਰਮਾਨਾ ਆ 1000 ਐਰੋ ਤੋਂ ਲੈ ਕੇ 50000 ਐਰੋ ਤੱਕ ਹੋ ਸਕਦਾ ਇਸ ਦਾ ਕਾਰਨ ਇਹ ਹੈ ਜੀ ਕਿ ਉਹਨਾਂ ਦੇ ਸਿਰ ਹੁਣ ਸਮਗਲਿੰਗ ਦਾ ਕੇਸ ਪੈ ਗਿਆ ਸਮਗਲਿੰਗ ਇਹ ਕਿ ਉਹਨਾਂ ਨੇ ਇੱਕ ਅਣਪਛਾਤੀ ਪ੍ਰਜਾਤੀ ਜਿਹੜੀ ਕੇਕੜਿਆਂ ਦੀ ਅਣਪਛਾਤੀ ਕਹਿ ਸਕਦੇ ਹਾਂ ਜਾਂ ਫਿਰ ਇਸ ਨੂੰ ਏਲੀਅਨ ਪ੍ਰਜਾਤੀ ਕਿਹਾ ਜਾਂਦਾ ਕੇਕੜਿਆਂ ਦੀ 150 ਕਿਲੋ ਕੇਕੜੇ ਆਪਣੇ ਬੈਗਾਂ ਦੇ ਵਿੱਚ ਜੋ ਕਿ ਫ੍ਰਿਜ ਵਾਲੇ ਸਨ ਜਿਨ੍ਹਾਂ ਦੇ ਵਿੱਚ ਬਰਫ਼ ਲੱਗੀ ਹੋਈ ਸੀ ਲੈ ਕੇ ਆ ਰਹੇ ਸੀ ਇਹਨਾਂ ਨੂੰ ਮਲਪੈਂਸੀ 에ਰਪੋਰਟ ਤੇ ਫੜ ਲਿਆ ਗਿਆ ਜਿਹੜੇ ਹੁਣ ਜਰਮਾਨਾ 1000 ਯਰੋ ਤੋਂ 50000 ਯਰੋ ਤੱਕ ਹੁੰਦਾ ਸਭ ਤੋਂ ਮੇਨ ਕਾਰਨ ਇਹ ਹੈ ਜੀ ਕਿ ਜੇ ਇਸ ਟਾਈਮ ਕੋਈ ਵੀ ਜਾਨਵਰ ਨੂੰ ਲੈ ਕੇ ਜਾਇਆ ਜਾਂਦਾ ਇਸ ਤਰ੍ਹਾਂ ਕਿ ਜੋ ਕਿ ਇਹ ਜੀ ਦੇ ਜਾਨਵਰ ਸਨ ਉਹਨਾਂ ਦੇ ਨਾਲ ਇੱਕ ਮੈਡੀਕਲ ਸਰਟੀਫਿਕੇਟ ਆਣਾ ਬਹੁਤ ਜ਼ਰੂਰੀ ਹੈ ਜਿਸ ਨੂੰ ਕਿਹਾ ਜਾਂਦਾ ਜੀ ਸਰਟੀਫਿਕੇਟਸਿਓਨੇ ਸਾਨੀਟਾਰੀਆ ਉਹ ਨਾ ਦੇ ਕੋ ਨਹੀਂ ਸੀ ਤੇ ਹੋਣੀ ਇਹਨਾਂ ਨੂੰ 50000 ਯਰੋ ਤੱਕ ਦਾ ਜੁਰਮਾਨਾ ਹੋ ਸਕਦਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ 150 ਕਿਲੋ ਜਿਹੜਾ ਕੀਕੜਾ ਲੈ ਕੇ ਆਏ ਇੱਕ ਇੱਕ ਕੀਕੜੇ ਦਾ ਰੇਟ 10-10 ਯਰੋ ਤੱਕ ਹੋ ਸਕਦਾ ਹੈ ਇੱਕ-ਇੱਕ ਦੇ ਜ਼ਿਆਦਾਤਰ ਜਿਹੜੇ ਚਾਈਨਾ ਦੇ ਹਸਪਤਾਲਾਂ ਦੇ ਵਿੱਚ ਖਾਣ ਨੂੰ ਮਿਲਦੇ ਆ। ਆਪਣੇ 올ਵਿਆ 올ਵਿਆ ਤੋਂ ਰੋਮਾ 올ਵਿਆ ਤੋਂ ਰੋਮਾ ਤੱਕ ਮਿਲਟਰੀ ਦੇ ਜਹਾਜ਼ ਦੇ ਵਿੱਚ ਲਿਜਾਇਆ ਗਿਆ ਇੱਕ 5 ਸਾਲ ਦੀ ਬੱਚੀ ਨੂੰ ਜਿਸ ਨੂੰ ਰੋਮਾ ਦੇ ਜਿਹੜੇ ਹਸਪਤਾਲ ਦੇ ਵਿੱਚ ਜਿੰਨਾ ਛੇਤੀ ਹੋ ਸਕੇ ਪਹੁੰਚਾਣਾ ਸੀ। ਇਹਨਾਂ ਨੇ ਇਹ ਕੰਮ ਨੂੰ ਅੰਜਾਮ ਦੇ ਦਿੱਤਾ ਜੀ ਅੱਜ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਐਮਰਜੈਂਸੀ ਫਲਾਈਟ ਜੋ ਮਿਲਟਰੀ ਰਾਹੀਂ ਇਸ ਨੂੰ ਲਾਇਆ ਜਾਂਦਾ ਇਸ ਨੂੰ ਸਪੈਸ਼ਲ ਫਲਾਈਟ ਐਂਬੂਲੈਂਸ ਫਲਾਈਟ ਆ ਇਹ ਜਦੋਂ ਪ੍ਰੇਫੇਕਚੂਰਾਂ ਵਾਲੇ ਚਾਹਣ ਉਦੋਂ ਹੀ ਕੀਤੀ ਜਾਂਦੀ ਆ ਤੇ ਇਸ ਨੂੰ ਇਹ ਬੱਚੀ ਦੀ ਇੱਕ ਛੋਟੀ ਜਾਨ ਬਚਾਉਣ ਦੇ ਲਈ ਯੂਜ਼ ਕੀਤਾ ਗਿਆ ਗੱਲ ਕਰਦੇ ਆ ਜੀ ਇੰਪਸਡ ਜਦੋਂ ਕੋਈ ਵੀ ਪੈਸੇ ਆਣੇ ਹੁੰਦੇ ਆ ਜਾਂ ਕੋਈ ਵੀ ਬੋਨਸ ਹੋਵੇ ਤਾਂ ਇਹਦੇ ਬਾਰੇ ਅਸੀਂ ਆਨਲਾਈਨ ਸਰਚ ਕਰਦੇ ਹਾਂ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਅਸੀਂ ਆਲੇ-ਦੁਆਲੇ ਦੇਖਦੇ ਹਾਂ ਬੋਨਸ ਹੋ ਜਾਵੇ ਪੈਨਸ਼ਨ ਹੋ ਜਾਵੇ ਕਿਸੇ ਵੀ ਤਰ੍ਹਾਂ ਦਾ ਕਸਾਇੰਤਗਤ ਸਹੂਲਤ ਹੋ ਜਾਵੇ ਜਾਂ ਫੈਮਿਲੀ ਦੇ ਲਈ ਕਿਸੇ ਤਰ੍ਹਾਂ ਦੀ ਸਰਕਾਰ ਨੇ ਸਹੂਲਤ ਦਿੱਤੀ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਜਿਹੜਾ ਹੋ ਸਾਰਾ ਜਿਹੜਾ ਇੰਪਸ ਨੂੰ ਅਸੀਂ ਦੁਮੰਦੇ ਕਰਦੇ ਹੁਣ ਇਹ ਸਾਰੇ ਦੁਮੰਦੇ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ ਹੀ ਮਿਲ ਜਾਣਗੇ ਕਿਸੇ ਵੀ ਪਾਸੇ ਤੁਹਾਨੂੰ ਲੱਭਣ ਸਰਚ ਕਰਨ ਦੀ ਲੋੜ ਨਹੀਂ ਜੇਕਰ ਤੁਹਾਡੇ ਕੋਲ WhatsApp ਹੈ ਤਾਂ ਇੰਪਸ ਵਾਲਿਆਂ ਨੇ WhatsApp ਦੇ ਉੱਤੇ ਇੱਕ ਗਰੁੱਪ ਬਣਾਇਆ ਜੀ ਜਿਸ ਦਾ ਨਾਮ ਆ ਇੰਪਸ ਪਰ ਟੂਤੀ ਤੁਸੀਂ ਇਸ ਗਰੁੱਪ ਦਾ ਹਿੱਸਾ ਬਣ ਸਕਦੇ ਹੋ ਅਤੇ ਹਰ ਰੋਜ਼ ਤੁਹਾਨੂੰ ਲੇਟੈਸਟ ਅਪਡੇਟ ਇੰਪਸ ਵੱਲੋਂ ਤੁਹਾਡੇ WhatsApp ਤੇ ਮਿਲੇਗਾ ਕਿ ਉਹਨਾਂ ਦੇ ਵੱਲੋਂ ਕੋਈ ਬੋਨਸ ਆਇਆ ਆ ਕੋਈ ਪੈਸੇ ਮਿਲਣੇ ਜਾਂ ਨਹੀਂ ਮਿਲਣੇ ਇਹ ਸਾਰੇ ਦਿੱਤੇ ਜਾਣਗੇ ਤੁਹਾਨੂੰ ਯਾਦ ਕਰਾ ਰਹੀ ਹਾਂ ਕਿ ਇੰਪਸ ਐਸ ਟਾਈਮ ਫੇਸਬੁਕ ਟਵਿੱਟਰ ਸਾਰੇ ਪਾਸੇ ਆ YouTube ਤੇ ਵੀ ਆ ਲਿੰਕ ਦੇਣ ਤੇ ਵੀ ਆ ਪਰ WhatsApp ਤੇ ਨਹੀਂ ਸੀ ਹੁਣ ਇਹਨਾਂ ਨੇ WhatsApp ਤੇ ਵੀ ਆਪਣਾ ਅਕਾਊਂਟ ਬਣਾ ਲਿਆ ਨਾਪਲੀ ਦੇ ਵਿੱਚ ਇੱਕ ਪਿੰਡ ਜਾਂ ਸ਼ਹਿਰ ਪੈ ਰਿਹਾ ਜਿਸ ਦਾ ਨਾਮ ਹੈ ਜੀ ਪੋਂਤੀ ਚਲੀ ਪੋਂਤੀ ਚਲੀ ਦੇ ਵਿੱਚ ਇੱਕ 64 ਸਾਲ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਨਾਮ ਵਿਨਚੈਂਸੋ ਲੋਵਿਨ ਸੀ ਕਾਰਨ ਕਾਰਨ ਇਹ ਹੈ ਜੀ ਕਿ ਇਹ ਜਿਹੜਾ ਬੰਦਾ ਹੈ ਸੜਕ ਦੇ ਬਿਨਾ ਬਜੇ ਤੋਂ ਬਿਨਾ ਬੇਵਜਹ ਤੋਂ ਜਿਹੜੀਆਂ ਗੋਲੀਆਂ ਚਲਾ ਰਿਆ ਸੀ ਨਾਪੋਲੀ ਦਾ ਕੁਆਰਟਰ ਜੀ ਇਹ ਪੋਂਤੀਚੈਲੀਆ ਤੇ ਇਸ ਦੇ ਕੋਲੋਂ ਜਿਹੜਾ ਹਥਿਆਰ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਹੁਣ ਇਹਨੂੰ ਪੁੱਛਿਆ ਜਾਣਾ ਇਹਦੇ ਉੱਤੇ ਕੇਸ ਕੀਤਾ ਚੱਲੂਗਾ ਇਨਕੁਆਇਰੀ ਚੱਲੂਗੀ ਕਿ ਆਖਰ ਇਹਨੂੰ ਹੋਇਆ ਕੀ ਸੀ ਜਿਹੜਾ ਸੜਕ ਦੇ ਬਿਨਾ ਵਜੇ ਤੋਂ ਗੋਲੀਆਂ ਮਾਰ ਲੱਗੇ ਲਿਟਲ ਦੇ ਵਿੱਚ ਹਰ ਬੰਦਾ ਆਪਾਂ ਨੂੰ ਪਤਾ ਕਿ ਲਿਟਲ ਮਾਰਕੀਟ ਆ ਬਹੁਤ ਵਧੀਆ ਮਾਰਕੀਟ ਆ ਸਸਤੀ ਮਾਰਕੀਟ ਆ ਮਹਿੰਗੀ ਮਾਰਕੀਟ ਆ ਕਿਸੇ ਚੀਜ਼ਾਂ ਦੇ ਲਈ ਲਿਟਲ ਦੇ ਵਿੱਚ ਤੁਸੀਂ ਮੁਰਗਾ ਦਾ ਜ਼ਰੂਰ ਚੱਕਿਆ ਹੋਣਾ ਜੇਕਰ ਤੁਸੀਂ ਨਾਨ ਵੇਜ ਦੇ ਜੇਕਰ ਤੁਸੀਂ ਸ਼ੌਕੀਨ ਤੇ ਲਿਟਲ ਦੇ ਵਿੱਚ ਇੱਕ ਰਿਪੋਰਟ ਤਿਆਰ ਕੀਤੀ ਗਈ ਆ ਐਸਰੇ ਐਨੀਮਲੀ ਜਿਹੜੀ ਆ ਫਾਊਂਡੇਸ਼ਨ ਵੱਲੋਂ ਫੋਨ ਦੱਸਿਆ ਉਹਨੇ ਐਸਰੇ ਐਨੀਮਲੀ ਨੇ ਇੱਕ ਰਿਪੋਰਟ ਤਿਆਰ ਕੀਤੀ ਕਹਿੰਦੇ ਜੀ 90% ਜਿਹੜੇ ਮੁਰਗੇ ਸਨ ਉਹਨਾਂ ਦੇ ਪੈਤੋ ਦੀ ਪੋਲੋ ਜਿਹੜੀ ਉਦੇ ਵਿੱਚ ਇੱਕ ਪ੍ਰੋਬਲਮ ਪਾਈ ਗਈ ਹੈ ਜਿਸ ਨੂੰ ਕਿਹਾ ਜਾਂਦਾ ਹੈ ਜੀ ਬਾਈਟ ਸਟ੍ਰਾਈਪਿੰਗ ਹੁਣ ਇਹ ਜਿਹੜੀ ਬਾਈਟ ਸਟ੍ਰਾਈਪਿੰਗ ਹੈ ਜਿਸ ਟਾਈਮ ਤੁਸੀਂ ਪੈਤੋ ਦੀ ਪੋਲੋ ਦੇਖੋਗੇ ਤਾਂ ਤੁਹਾਨੂੰ ਚਿੱਟੀਆਂ ਤਾਰਾਂ ਦਿਖਦੀਆਂ ਹੋਣਗੀਆਂ ਚਿੱਟੀਆਂ ਲਾਈਨਾਂ ਦਿਖਦੀਆਂ ਹੋਣੀਆਂ ਮੁਰਗੇ ਦੇ ਸ਼ਾਤੀ ਦੇ ਵਿੱਚ ਇਹ ਕੀ ਹੁੰਦੀਆਂ ਨੇ ਜੀ ਇਹ ਹੁੰਦੀਆਂ ਨੇ ਜਿਸ ਟਾਈਮ ਇੱਥੇ ਜਿਹੜੇ ਮੁਰਗੇ ਦੀ ਅਸੀਂ ਗੱਲ ਕਰ ਰਹੇ ਹਾਂ ਜੀ ਬਰੋਇਲਰ ਮੁਰਗੇ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਦੀ ਜ਼ਿੰਦਗੀ ਜਿਹੜੀ ਆ 40 ਤੋਂ 50 ਦਿਨ ਦੀ ਹੁੰਦੀ ਹੈ ਬੜੀ ਆ ਤੇ 55 ਦਿਨ ਦੀ ਹੋਵੇ ਪਰ ਜਿਹੜਾ ਮੁਰਗਾ ਆ ਰਿਆ ਲਿੱਟਲ ਦੇ ਵਿੱਚ ਇਹਨਾਂ ਦੀ 42 ਦਿਨ ਦੀ ਜ਼ਿੰਦਗੀ ਹੁੰਦੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਬਹੁਤ ਸਾਰੇ ਮੁਰਗਿਆਂ ਨੂੰ ਇੱਕ ਜਗ੍ਹਾ ਤੇ ਇਕੱਠਾ ਰੱਖਿਆ ਜਾਂਦਾ ਹਜ਼ਾਰਾਂ ਦੀ ਗਿਣਤੀ ਦੇ ਮੁਰਗੇ ਰੱਖੇ ਜਾਂਦੇ ਨੇ ਤੁਰਨ ਫਿਰਨ ਦੇ ਲਈ ਉਹਨਾਂ ਦੀ ਜਗ੍ਹਾ ਘੱਟ ਹੁੰਦੀ ਹੈ ਤੇ ਉਹਨਾਂ ਨੂੰ ਜਿਹੜੀ ਖਾਣ ਲਈ ਸਮਾਨ ਦਿੱਤਾ ਜਾਂਦਾ ਉਹ ਇਸ ਕਰਕੇ ਹੁੰਦਾ ਕਿ ਤਿੱਤੋ ਸ਼ੇਤੀ ਤਿੱਤੋ ਸ਼ੇਤੀ ਜਿਹੜਾ ਉਹ ਮੁਰਗੇ ਵੱਡੇ ਹੋ ਜਾਂਦੇ ਜਿਸ ਦੇ ਕਾਰਨ ਇਹਨਾਂ ਦੇ ਵਿੱਚ ਵਾਈਟ ਸਟ੍ਰਿਪਿੰਗ ਦੀ ਜਿਹੜੀ ਪ੍ਰੋਬਲਮ ਦੇਖਣ ਨੂੰ ਮਿਲ ਸਕਦੀ ਹੈ ਹੁਣ ਇਹਦਾ ਨੁਕਸਾਨ ਕੀ ਹੈ ਜੀ ਦੇਖੋ ਜਿਸ ਟਾਈਮ ਅਸੀਂ ਇਹਦੀ ਗੱਲ ਕਰਦੇ ਹਾਂ ਵਾਈਟ ਸਟ੍ਰਾਈਪਿੰਗ ਦੀ ਜੇ ਗੱਲ ਕੀਤੀ ਜਾਵੇ ਤਾਂ ਇਹਦਾ ਉਸੇ ਟਾਈਮ ਖਾਣ ਦਾ ਨੁਕਸਾਨ ਕੋਈ ਨਹੀਂ ਇਹਦਾ ਇਹ ਹੈ ਜੀ ਕਿ ਤੁਹਾਡਾ ਭਾਰਵਰਧਨਾ ਤੁਹਾਨੂੰ ਜਿਹੜੇ ਪ੍ਰੋਟੀਨ ਆ ਘੱਟ ਮਿਲਣਾ ਇਹਦੇ ਵਿੱਚ ਮੇਨ ਇਹੀ ਹੈ ਜੀ ਸਿਰਫ ਇਹਦੇ ਵਿੱਚ ਫੈਟ ਤੇ ਪ੍ਰੋਟੀਨ ਬਹੁਤ ਘੱਟ ਆ ਦੇ ਖਾਨ ਨੂੰ ਤੁਹਾਨੂੰ ਇੱਕ ਕਸਮ ਦੇਣਾ ਆਲੂ ਹੀ ਦਿੱਤੇ ਜਾ ਰਹੇ ਨੇ ਲਿਟਲ ਨੇ ਇਸ ਸੀਜ ਨੂੰ ਇਨਕਾਰ ਕੀਤਾ ਕਿ 90% ਸਾਡੇ ਜਿਹੜੇ ਇਹਨਾਂ ਦੇ ਵਿੱਚ ਨਹੀਂ ਹੈ 4-5% ਤਾਂ ਕਹਿੰਦੇ ਇੱਕ ਆਮ ਗੱਲ ਆ ਪਰ ਇਹ ਜਿਹੜੀ ਟੋਰਿਨੋ ਵਾਰੀ ਦੇ ਵਿੱਚ 38 ਟੋਟਲ ਜਿਹੜੀਆਂ ਮਾਰਕੀਟਾਂ ਲਿਟਲ ਦੀਆਂ ਉਹਨਾਂ ਦੇ ਵਿੱਚ ਸਟੱਡੀ ਕੀਤੀ ਗਈ ਆ ਜਿਨ੍ਹਾਂ ਦੇ ਵਿੱਚ 603 ਡੱਬਿਆਂ ਦੇ ਨੂੰ ਖੋਲ ਕੇ ਦੇਖਿਆ ਗਿਆ ਜਿਹੜਾ ਕਿ ਉਹਨਾਂ ਦੇ ਵਿੱਚੋਂ ਦਸਾਂ ਵਿੱਚੋਂ 9 ਜਿਹੜੇ ਮੁਰਗਿਆਂ ਦੀ ਪਿੱਤੋ ਸੀ ਮੁਰਗਿਆਂ ਦੀ ਛਾਤੀ ਸੀ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਸੀ ਕਿ ਉਹਨਾਂ ਦੇ ਵਿੱਚ ਚਟੀਆਂ-ਚਟੀਆਂ ਲੈਣਾ ਚਟੀਆਂ-ਚਟੀਆਂ ਧਾਰੀਆਂ ਇਹਦਾ ਮਤਲਬ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਓਵਰਡੋਜ਼ ਦਿੱਤੀ ਓਵਰਡੋਜ਼ ਕਰ ਲਈ ਜ਼ਿਆਦਾ ਖਲਾੜਾ ਖਲਾਜ ਆ ਜਰ ਇਸ ਜੇਕਰ ਤੁਸੀਂ ਇਟਲੀ ਤੋਂ ਆਸਟਰੀਆ ਵੱਲ ਨੂੰ ਜਾਣ ਬਾਰੇ ਸੋਚ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ ਤਾਂ ਸਾਵਧਾਨ ਬਹੁਤ ਹੀ ਜ਼ਿਆਦਾ ਬਰਫ਼ ਪੈ ਰਹੀ ਹੈ ਜੀ ਇਸ ਟਾਈਮ ਆਸਟਰੀਆ ਦੇ ਵਿੱਚ ਬ੍ਰੈਂਨੋ ਜਿਹੜਾ ਆਊਟੋਸਟਰਾਡਾ A Y ਆ ਉਹ BP3 ਤੋਂ ਲੈ ਕੇ ਬ੍ਰੈਂਨੋ ਤੱਕ ਬੰਦ ਕਰ ਦਿੱਤਾ ਗਿਆ ਅੱਜ 30 ਕਿਲੋਮੀਟਰ ਦੀ ਇੱਥੇ ਲੈਂ ਸੀ 4-5 ਕਿਲੋਮੀਟਰ ਦਾ ਸਿਰਫ ਜਿਹੜੀਆਂ ਜਿਹੜੇ ਟਰੱਕ ਸਨ ਉਹੀ ਸਨ ਇਥੇ ਇਹਨਾਂ ਦੇ ਵਿੱਚ ਇੱਕ ਜਿਹੜੀ ਬੱਸਵਾ ਸਕੂਲ ਸਟੂਡੈਂਟਾਂ ਦੀ ਬੱਸ ਵੀ ਫਸੀ ਹੋਈ ਆ ਬਹੁਤ ਹੀ ਜ਼ਿਆਦਾ ਜਿਹੜਾ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਆ ਲਗਾਤਾਰ ਬਰਫ਼ ਪੈ ਰਹੀ ਆ ਤੇ ਜਿਹੜੀ 50 ਸੈਂਟੀ 50 ਤੋਂ 60 ਸੈਂਟੀਮੀਟਰ ਜਿਹੜੀ ਬਰਫ਼ ਉਸ ਪਹਾੜੀ ਇਲਾਕਿਆਂ ਦੇ ਵਿੱਚ ਪੈ ਚੁੱਕੀ ਆ ਵਲਦੁਲਤਿਮ ਹੋ ਗਿਆ ਵਲ ਸਰਨਤੀਨ ਹੋ ਗਿਆ ਬਲ ਪਾਸਿਰਾਨਾ ਹੋ ਗਿਆ ਆਲਤਾ ਵਲ ਇਜ਼ਾਰਕ ਹੋ ਗਿਆ ਬਹੁਤ ਹੀ ਜ਼ਿਆਦਾ ਬਰਫ਼ ਪੈ ਰਹੀ ਤੇ ਨਾਲ ਦੀ ਨਾਲ ਮੀਂਹ ਅੱਜ ਸਵੇਰ ਤੋਂ ਕਾਫੀ ਲੱਗਾ ਹੋਇਆ ਤੇ ਇੱਥੇ ਜਿਹੜੀਆਂ ਢਿੱਲੇ ਉਹਨਾਂ ਦੇ ਚੱਲ ਰਹੇ ਨੇ ਬਰਫ਼ ਚੱਕਣ ਵਾਲੇ ਤੇ ਉਮੀਦ ਕਰਦੇ ਕਿ ਛੇਤੀ ਇਸ ਹ눈 ਦੁਆਰਾ ਹਟ ਗਿਆ ਦਿੱਤਾ ਜਾਊਗਾ ਸਿਰਫ ਆਪਣੀ ਘਰ ਵਾਲੀ ਦੀ ਮੋਬਾਈਲ ਤੇ ਗੱਲਬਾਤ ਸੁਣ ਕੇ ਇੱਕ ਬੰਦੇ ਨੇ ਕਮਾਇਆ 18 ਲੱਖ 18 ਲੱਖ ਕਮਾਉਣ ਦੇ ਲਈ ਉਸ ਨੇ ਸਿਰਫ ਕੀ ਕੀਤਾ ਜੀ ਕੰਧ ਦੇ ਨਾਲ ਕੰਨ ਲਾ ਕੇ ਸੁਣੀਆਂ ਆਪਣੀ ਘਰ ਵਾਲੀ ਦੀਆਂ ਗੱਲਾਂ ਕੀ ਕਰ ਰਹੀ ਉਸ ਦੀ ਘਰ ਵਾਲੀ ਇੱਕ ਉਸ ਦੀ ਵਾਈਫ ਇੱਕ ਬਹੁਤ ਹੀ ਵੱਡੀ ਕੰਪਨੀ ਦੇ ਵਿੱਚ ਮੈਨੇਜਰ ਸੀ ਜਿਸ ਨੂੰ ਬ੍ਰਿਟਿਸ਼ ਪੈਟਰੋਲੀਅਮ ਕਿਹਾ ਜਾਂਦਾ BP ਜੋ ਕਿ ਇੱਕ ਕੰਪਨੀ ਨੂੰ ਖਰੀਦਣ ਜਾ ਰਹੀ ਸੀ ਜਿਸ ਦਾ ਨਾਮ ਸੀ ਟਰੈਵਲਰ ਸੈਂਟਰਸ ਆਫ ਅਮਰੀਕਾ ਜਿਸ ਦੀ ਆਫੀਸ਼ੀਅਲ ਅਨਾਉਂਸਮੈਂਟ 16 ਫਰਵਰੀ 2023 ਦੇ ਵਿੱਚ ਕੀਤੀ ਗਈ ਪਰ ਉਸ ਦੇ ਵਾਈਫ ਨੂੰ ਤਾਂ ਇਸ ਚੀਜ਼ ਬਾਰੇ ਪਹਿਲੇ ਹੀ ਪਤਾ ਲੱਗ ਗਿਆ ਸੀਗਾ ਉਸ ਨੇ 46000 ਸ਼ੇਅਰ ਜਿਹੜੇ ਉਸ ਕੰਪਨੀ ਦੇ ਖਰੀਦ ਲਏ ਜਿਸ ਦੇ ਵਿੱਚ 71% ਵਾਧਾ ਹੋਇਆ ਕੰਪਨੀ ਨੂੰ ਖਰੀਦਣ ਤੋਂ ਬਾਅਦ ਤੇ 18 ਲੱਖ ਡਾਲਰ ਉਸ ਨੂੰ ਕਮਾਈ ਹੋਗੇ ਇਨਸਾਈਡਰ ਟਰੇਡਿੰਗ ਦਾ ਜਿਹੜਾ ਉਹਦੇ ਉੱਤੇ આરોਪ ਲੱਗਾ ਤੇ ਹੁਣ ਉਹ ਜਿੰਨੇ ਵੀ ਪੈਸੇ ਕਹਿੰਦਾ ਮੈਂ ਕਮਾਇਆ ਸਾਰੇ ਵਾਪਸ ਕਰ ਦੰਦਾ ਜਿਹੜਾ ਮਿਨਿਸਟਰ ਜੁਰਮਾਨਾ ਹੋਇਆ ਮੈਂ ਜੁਰਮਾਨਾ ਵੀ ਦਊਂਗਾ ਤੇ ਉਸ ਦੀ ਘਰ ਵਾਲੀ ਨੂੰ ਕੰਪਨੀ ਦੇ ਵਿੱਚੋਂ ਕੱਢ ਦਿੱਤਾ ਗਿਆ ਘਰ ਆ ਕੇ ਸਭ ਤੋਂ ਪਹਿਲਾ ਕੰਮ ਉਹਨੇ ਕੀ ਕੀਤਾ ਆਪਣੇ ਗਿੱਦੜ ਝਾਂਗ ਲਾਣ ਵਾਲੇ ਪਤੀ ਤੋਂ ਲਿਆ ਤਲਾਕ ਜਾਦੂ ਟੋਣਾ ਇਟਲੀ ਦੇ ਵਿੱਚ ਵੀ ਹੋ ਰਿਹਾ ਜੀ ਇਟਲੀ ਦੇ ਵਿੱਚ ਇੱਕ ਘਟਨਾ ਆਈ ਹੈ ਜੇ ਪੁਲਿਸ ਵਾਲਿਆਂ ਨੇ ਦੋ ਜਾਦੂਗਰਨੀਆਂ ਦੋ ਜਾਦੂਗਰਨੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਦੀ 68 ਸਾਲ ਅਤੇ ਦੂਸਰੀ ਦੀ 47 ਸਾਲ ਉਮਰ ਹੈ ਇਹ ਜਿਹੜਾ ਜਾਦੂ ਟੋਣਾ ਹੋ ਰਿਹਾ ਜੀ ਲੋਮੇਨ ਲੀਨਾ ਦੇ ਵਿੱਚ ਰਹਿ ਰਹੀਆਂ ਸਨ ਵਿਜੀਵਾਨੋ ਦੇ ਵਿੱਚ ਇੱਕ 36 ਸਾਲਾਂ ਔਰਤ ਨੂੰ ਮਾਰਕੀਟ ਦੇ ਵਿੱਚ ਟੱਕਰ ਦਿਆਂਦੇ ਤੇ ਉਸ ਨੂੰ ਇਹ ਗੱਲ ਦਾ ਯਕੀਨ ਦਵਾਦਨੀਆਂ ਨੇ ਮਾਰਕੀਟਰ ਦੇ ਪਾਰਕਿੰਗ ਦੇ ਵਿੱਚ ਵੀ ਤੇਰੇ ਤੇ ਕਿਸੇ ਨੇ ਟੋਣਾ ਕੀਤਾ ਹੋਇਆ ਵੀ ਤੇਰਾ ਕੰਮ ਤਾਂ ਨਹੀਂ ਬਣਦਾ ਤੂੰ ਜਿਹੜਾ ਕੰਮ ਕਰਨਾ ਚਾਹਨਾ ਉਹਦੇ ਵਿੱਚ ਅੱਠ ਚਣ ਆ ਜਾਂਦੀ ਐ ਨਾਰਮਲ ਜਿਹੜੀਆਂ ਗੱਲਾਂ ਦਸੀਆਂ ਜਾਂਦੀਆਂ ਬੰਦੇ ਨੂੰ ਡਰਾਉਣ ਦੇ ਲਈ ਉਹ ਜੀ ਔਰਤਾਂ ਨੂੰ ਲੱਗਦਾ ਪਏ ਹਾਂ ਵੀ ਇਹ ਤਾਂ ਜੋ ਜੋ ਇਹਨੇ ਦੱਸਿਆ ਸਭ ਕੁਝ ਠੀਕ ਐ ਉਹ ਜਾਂਦੀ ਜਾਂਦੀ ਆਪਣੀ ਜਿਹੜੀ ਮੁੰਦੀ ਸੋਨੇ ਦੀ ਦੇ ਦਿੰਦੀ ਐ ਤੇ ਉਹਨੂੰ ਕਹਿੰਦੇ ਆ ਕਿ ਜੇਕਰ ਤੂੰ ਇਸ ਟੂਨੇ ਦੇ ਅਸਰ ਤੋਂ ਬਚਣਾ ਤੇਰੀ ਜਾਨ ਨੂੰ ਵੀ ਖਤਰਾ ਜੇਕਰ ਇਸ ਟੂਨੇ ਦੇ ਅਸਰ ਤੋਂ ਬਚਣਾ ਤਾਂ ਐ ਕਰੀ ਅੱਜ ਦੁਪਹਿਰ ਨੂੰ ਹੀ ਵਿਧੀ ਹੋ ਸਕਦੀ ਐ ਦੁਪਹਿਰ ਨੂੰ 1000 ਰੁਪਏ ਲਿਆਈ ਇੱਕ ਆਂਡਾ ਲਈ ਆਂਡੇ ਤੇ ਆਪਣਾ ਨਾਮ ਲਿਖਣਾ ਤੇ ਇੱਕ ਆਪਣਾ ਅੰਡਰਗਾਰਮੈਂਟ ਜਿਹੜਾ ਆਪਣਾ ਇੱਕ ਕਪੜਾ ਲੈ ਕੇ ਹੁਣ ਕੀ ਹੁੰਦਾ ਜੀ ਇੱਕ ਔਰਤ ਜਿੱਦਾਂ ਕਹਿੰਦੇ ਆ ਅੰਡਾ ਤੇ ਆਪਣਾ ਕਪੜਾ ਇੱਕ ਲੈ ਕੇ ਆਂਦੀ ਆ ਲੀੜਾ ਵਿਧੀ ਸ਼ੁਰੂ ਹੋ ਜਾਂਦੀ ਹੈ ਤੇ ਵਿਧੀ ਦੇ ਵਿੱਚ ਅੰਡੇ ਦੇ ਉੱਤੇ ਦਾਗ ਪੈ ਜਾਂਦਾ ਵਿਧੀ ਦੇ ਵਿੱਚ ਅੰਡੇ 'ਚ ਦਾਗ ਪੈਂਦਾ ਅੰਡੇ ਨੂੰ ਭੰਨਿਆ ਜਾਂਦਾ ਤੇ ਅੰਡੇ ਦੇ ਵਿੱਚੋਂ ਵਾਲ ਹੀ ਨਿਕਲਦੇ ਨੇ ਚੂਚਾ ਜਾਂ ਫਿਰ ਅੰਡੇ ਦੇ ਚੋਂ ਨਿਕਲਣਾ ਚਾਹੀਦਾ ਉਹ ਨਹੀਂ ਨਿਕਲਦਾ ਇਹਨਾਂ ਨੇ ਬਹੁਤ ਹੀ ਚਲਾਕੀ ਦੇ ਨਾਲ ਹੱਥ ਦੀ ਸਫਾਈ ਦੇ ਨਾਲ ਅੰਡਾ ਬਦਲ ਦਿੱਤਾ ਹੀ ਇਹਨਾਂ ਕੋ ਘਰ ਦੇ ਵਿੱਚੋਂ ਹੀ ਤਿਆਰ ਕੀਤਾ ਅੰਡਾ ਸਗ ਉਸ ਤੋਂ ਬਾਅਦ ਕਹਿੰਦੇ ਜੀ ਇਹ ਤਾਂ ਵਿਧੀ ਬਹੁਤ ਜ਼ਿਆਦਾ ਖਤਰਨਾਕ ਹੈ ਇੱਕ ਹੋਰ ਕਰਨੀ ਪੈਣੀ ਹੈ ਜਿੰਨੇ ਘਰ ਚ ਪੈਸੇ ਆ ਸਾਰੇ ਹੀ ਲੈ ਕੇ ਆ ਹੁਣ ਔਰਤ ਘਰ ਨੂੰ ਜਾਂਦੀ ਹੈ ਫਿਰ ਉਹ ਕਹਿੰਦੇ ਜੀ ਆਪਾਂ ਇੱਕ ਹੋਰ ਪਾਸੇ ਅ ਅਰਦਾਸ ਕਰ ਲਈਏ ਇੱਕ ਹੋਰ ਪਾਸੇ ਆਪਾਂ ਪ੍ਰੇਅਰ ਕਰਨੀ ਹੈ ਤਾਂ ਫਿਰ ਮਿਲਦੇ ਹਾਂ ਔਰਤ ਨੂੰ ਸ਼ੱਕ ਪੈ ਜਾਂਦਾ ਵੀ ਇਹ ਤਾਂ ਮੇਰੇ ਨਾਲ ਕੁਝ ਗੜਬੜ ਹੋ ਗਈ ਹੈ ਪੁਲਿਸ ਨੂੰ ਇਤਲਾ ਕਰਦੀ ਹੈ ਤੇ ਉਹਨਾਂ ਔਰਤਾਂ ਦਾ ਫਿਰ ਫੋਨ ਆਦਾ ਕਿ ਅਸੀਂ ਜਿਹੜੇ ਆ ਤੁਹਾਡਾ ਜਿਹੜਾ ਜਿਹੜੀ ਬੁਰੀ ਆਤਮਾ ਸੀ ਉਹਨੂੰ ਆਪਣੇ ਵਾਸੇ ਦੇ ਵਿੱਚ ਇਹ ਕਰ ਹੀ ਲਿਆ ਤੂੰ ਇਹ ਕਰ ਹੁਣ ਆ ਆ ਸਮਾਨ ਲੈ ਕੇ ਪਹੁੰਚ ਜਿਸ ਟਾਈਮ ਔਰਤ ਦੇ ਕੋਲ ਉਹ ਦੋ ਔਰਤਾਂ ਮਿਲਣ ਆਦੀਆਂ ਉਹਨਾਂ ਦੇ ਨਾਲ ਪੁਲਿਸ ਵੀ ਹੁੰਦੀ ਹੈ ਤੇ ਦੋ ਜਾਦੂਗਰਨੀਆਂ ਨੂੰ ਕਾਬੂ ਕਰ ਲੈਂਦੀ ਤੇ ਹੁਣ ਇਹ ਜਾਦੂਗਰਨੀਆਂ ਜੇਲ੍ਹ 'ਚ ਬੈਠ ਕੇ ਸ਼ੈਦ ਕਰ ਰਹੀਆਂ ਹੋਣਗੀਆਂ ਪੁਲਿਸ ਵਾਲਿਆਂ ਤੋਂ ਵੀ ਝਾੜਾ ਕਰ ਰਹੀਆਂ ਹੋਣਗੀਆਂ ਉਹਨਾਂ ਦਾ ਦਾ ਚੜਾ ਬਿੱਲੀ ਨੇ ਇੱਕ ਔਰਤ ਦੀ ਜਾਨ ਲੈ ਲਈ ਇੱਕ 68 ਸਾਲ ਦੀ ਬਜ਼ੁਰਗ ਔਰਤ ਦੀ ਹੋਈ ਮੌਤ ਮੌਤ ਦਾ ਕਾਰਨ ਸਿਰਫ ਪੋਸਟਮਾਰਟਮ ਤੋਂ ਹੀ ਪਤਾ ਲੱਗਾ ਕਿ ਇੱਕ ਆਵਾਰਾ ਬਿੱਲੀ ਨੇ ਦੰਦੀ ਵੱਡੀ ਜਾ ਫਿਰ ਪੰਜਾ ਮਾਰਿਆ ਸੀ ਇੱਕ ਔਰਤ ਦੇ ਮੁੰਡੇ ਤੇ ਉਸ ਔਰਤ ਨੂੰ ਪਹਿਲੇ ਹੀ ਇੱਕ ਪ੍ਰੋਬਲਮ ਸੀ ਜਿਸ ਦੇ ਨਾਲ ਉਹ ਜੂੰਝ ਰਹੀ ਸੀ ਆਰਥਰੋਸਿਸ ਦੀ ਉਹਦੇ ਨਾਲ ਜਦੋਂ ਹਸਪਤਾਲ ਦੇ ਵਿੱਚ ਜਾਂਦੀ ਸੀ ਪ੍ਰੋਨਟੋਸਕੋਰਸੋ ਦੇ ਵਿੱਚ ਜਾਂਦੀ ਸੀ ਉਹਨਾਂ ਦੀ ਜਿਹੜੀ ਥੈਰੇਪੀ ਉਹੀ ਚਲਾਈ ਜਾਂਦੇ ਸੀ ਪਰ ਇਹਨੂੰ ਉਹ ਪ੍ਰੋਬਲਮ ਆ ਮੁੰਡਾ ਤਾਂ ਦੁਖਦਾ ਉਹ ਤਾਂ ਜਿਸ ਟਾਈਮ ਉਹਦੀ ਮੌਤ ਹੋਈ ਤਾਂ ਪਤਾ ਲੱਗਾ ਕਿ ਇਹਦੇ ਵਿੱਚ ਤਾਂ ਬੈਕਟੀਰੀਆ ਸਨ ਤੇ ਇਹ ਬੈਕਟੀਰੀਆ ਤਾਂ ਬਿੱਲੀ ਦੇ ਵਿੱਚ ਸੀਗੇ ਤੇ ਉਸ ਦੀ ਕੁੜੀ ਜਿਹੜੀ ਔਰਤ ਦੀ ਉਸਨੇ ਆਪਣੀ ਕੁੜੀ ਨੇ ਜਰੂਰ ਦੱਸਿਆ ਕਿ ਮੈਨੂੰ ਇਦਾਂ ਲੱਗਦਾ ਵੀ ਕਿਸੇ ਨੇ ਮੇਰੇ ਕੋਈ ਚੀਜ਼ ਮਾਰੀ ਆ ਕੁਝ ਦਿਨ ਪਹਿਲਾਂ ਉਸ ਤੋਂ ਬਾਅਦ ਹੀ ਮੇਰਾ ਮੁੰਡਾ ਜਿਹੜਾ ਦੁਖਣਾ ਸ਼ੁਰੂ ਹੋਇਆ ਇਸ ਕਰਕੇ ਜੇਕਰ ਤੁਹਾਨੂੰ ਰਾਸਤੇ ਦੇ ਵਿੱਚ ਆਵਾਰਾ ਬਿੱਲੀ ਦਿਸਦੀ ਹੋਵੇ ਤਾਂ ਆਵਾਰਾ ਬਿੱਲੀ ਦੇ ਨਾਲ ਪੰਗਾ ਲੈ ਲੈਣਾ ਉਹਨਾਂ ਦੇ ਨਾਲ ਪਤਾ ਨਹੀਂ ਕਿਹੜੇ ਬੈਕਟੀਰੀਆ ਜੁੜੇ ਹੋਣ ਜਿਸ ਦੇ ਨਾਲ ਮੌਤ ਵੀ ਹੋ ਸਕਦੀ ਹੈ ਇਟਲੀ ਦੇ ਵਿੱਚ ਇੱਕ ਵਾਰ ਫੇਰ ਆਇਆ ਪਚਾਲ ਫੋਰਟ ਤੇ ਸਕੋਸਾ ਇਸ ਟਾਈਮ 4.7 ਮਾਨੀਚੂ ਦਾ ਦੱਸਿਆ ਜਾ ਰਿਹਾ ਹੈ ਕਿ ਪੂਲੀਆ ਦੇ ਲੱਗਿਆ ਇਹ ਜਿਹੜਾ ਇਟਲੀ ਦੇ ਨਾਲ ਲੱਗਦੇ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਝਟਕੇ ਮਹਿਸੂਸ ਹੋਏ ਨੇ ਫੌਜਾਂ ਦੇ ਵਿੱਚ ਵੀ ਮਹਿਸੂਸ ਹੋਏ ਨੇ ਆਂਦਰੀਆ ਬਰਲੇਟਾ ਬਰਲੇਟਾ ਆਂਦਰੀਆ ਤਰਾਨੀ ਦੇ ਵਿੱਚ ਵੀ ਝਟਕੇ ਮਹਿਸੂਸ ਹੋਏ ਨੇ ਦੱਸਿਆ ਜਾ ਰਿਹਾ ਤੁਸੀਂ ਜੇ ਇਸ ਏਰੀਆ ਦੇ ਵਿੱਚ ਰਹਿ ਰਹੇ ਹੋ ਬਾਰੀ ਦੇ ਲਾਗੇ ਰਹਿ ਰਹੇ ਹੋ ਤਾਂ ਤੁਹਾਨੂੰ ਝਟਕੇ ਮਹਿਸੂਸ ਹੋਏ ਕਿ ਨਹੀਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਨੂੰ ਹੁਣ ਤੱਕ ਦੀਆਂ ਕੋਈਆਂ ਖਾਸ ਖਬਰਾਂ ਜੀ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ